ਬੜੇ ਮਾਰੇ ਪੁੱਤ ਹਾਲ ਤੇ ਸ਼ਰਾਬ ਆਪਾਂ ਉੰਜ ਤਾਂ ਇਹ ਗੱਲ ਕਹੀ ਜਾਂਦੀ ਹੈ ਕਿ ਪੁੱਤਕ ਪੁੱਤ ਹੋ ਜਾਂਦੇ ਨੇ ਪਰ ਮਾਪੇ ਕੁਮਾਪੇ ਨਹੀਂ ਹੁੰਦੇ ਸੱਚਮੁੱਚ ਹੀ ਇਹ ਕਹਾਵਤ ਇੱਕ ਅਜਿਹੇ ਪਰਿਵਾਰ ਦੇ ਉੱਤੇ ਟੁੱਕਰੀ ਹੈ ਜਿਸ ਨੇ ਬੜੇ ਚਾਵਾਂ ਦੇ ਨਾਲ ਆਪਣੇ ਪੁੱਤ ਨੂੰ ਪਾਲਿਆ ਪੋਸਿਆ ਜਵਾਨ ਕੀਤਾ ਫਿਰ ਉਸਦਾ ਵਿਆਹ ਕੀਤਾ ਪਰ ਨਹੀਂ ਸੀ ਪਤਾ ਕਿ ਇੱਕ ਦਿਨ ਇਹ ਹੀ ਪੁੱਤ ਉੱਠ ਕੇ ਆਪਣੇ ਮਾਪਿਆਂ ਦੇ ਜਾਣ ਦਾ ਵੈਰੀ ਬਣ ਜਾਵੇਗਾ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਗੁਰਦਾਸਪੁਰ ਦੇ ਇੱਕ ਪਿੰਡ ਦੀਆਂ ਨੇ ਪਿੰਡ ਫਤੂ ਬਖਤਾ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦਾ ਆ ਜਿੱਥੋਂ ਦਾ ਇਹ ਪਰਿਵਾਰ ਹੈ ਜਿਸ ਦੇ ਵਿੱਚ ਬਜ਼ੁਰਗ ਮਾਪੇ ਨੇ ਕੱਚਾ ਘਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਆਮ ਤੌਰ ਤੇ ਇੱਕ ਕਹਾਉਤ ਬੋਲੀ ਜਾਂਦੀ ਹੈ ਕਿ ਭੰਗ ਭੁੱਜਦੀ ਹੈ ਕਰਦੇ ਹਾਲਾਤ ਵੇਖ ਕੇ ਤਾਂ ਕੁਝ ਇਸ ਤਰ੍ਹਾਂ ਹੀ ਨਜ਼ਰ ਆ ਰਿਹਾ ਹੈ ਕਿ ਗਰੀਬੀ ਜਿਹੜੀ ਹੈ ਕਰਦੇ ਚੁੱਲਿਆਂ ਤੋਂ ਹੀ ਨਜ਼ਰ ਆ ਰਹੀ ਹੈ ਕੱਚੇ ਕੋਠੇ ਕੱਚਾ ਚੁੱਲਾ ਸ਼ਾਇਦ ਬਹੁਤ ਘੱਟ ਬਲਦਾ ਹੋਊਗਾ ਕਿਉਂਕਿ ਆਰਥਿਕ ਮਜਬੂਰੀ ਸਭ ਤੋਂ ਵੱਡੀ ਹੈ ਸਾਰਥਿਕ ਮਜਬੂਰੀ ਦੀ ਵਜ੍ਹਾ ਕਰਕੇ ਇਹ ਪਰਿਵਾਰ ਦੀ ਤਰਾਸਦੀ ਇਹ ਹੈ ਕਿ ਇਸ ਬਜ਼ੁਰਗ ਜੋੜੇ ਨੂੰ 1500 ਰੁਪਿਆ ਪੈਨਸ਼ਨ ਮਿਲਦੀ ਹੈ ਪਰ ਪੁੱਤ ਇੰਨਾ ਨਿਰਦਈ ਹੈ ਕਿ ਨਸ਼ੇ ਦੀ ਲਤ ਅਜੇ ਹੀ ਲੱਗ ਚੁੱਕੀ ਹੈ ਕਿ ਨਸ਼ੇ ਦੀ ਲਤ ਲੱਗਣ ਦੀ ਵਜ੍ਹਾ ਕਰਕੇ ਜਦੋਂ ਵੀ ਇਸ ਬਜ਼ੁਰਗ ਜੋੜੇ ਨੂੰ ਪੈਨਸ਼ਨ ਮਿਲਦੀ ਹੈ ਤਾਂ ਉਹ ਇਹਨਾਂ ਕੋਲੋਂ ਪੈਨਸ਼ਨ ਖੋ ਕੇ ਲੈ ਜਾਂਦਾ ਹੈ ਜੇ ਕਦੇ ਮਨਾ ਕਰਦੇ ਨੇ ਤਫੀਰ ਇਸ ਜੋੜੇ ਦੀ ਮਾਰਕੁਟਾਈ ਕਰਦਾ ਹੈ ਨਾਲ ਇੱਕ ਪੋਤੀ ਹੈ ਜਿਹੜੀ ਬਜ਼ੁਰਗ ਦਾਦੇ ਦਾਦੀ ਦਾ ਖਿਆਲ ਰੱਖਦੀ ਹੈ ਕਿ ਮਤੇ ਉਸ ਦਾ ਨਸ਼ਈ ਪਿਓ ਬਜ਼ੁਰਗ ਦਾਦੇ ਦਾਦੀ ਦੀ ਮਾਰਕੁਟਾਈ ਨਾ ਕਰੇ ਇਹਨਾਂ ਬਜ਼ੁਰਗਾਂ ਨੇ ਬੇਸ਼ੱਕ ਪਰਵਰਿਸ਼ ਕਰ ਦਿੱਤੀ ਹੈ ਆਪਣੇ ਪੁੱਤ ਦੀ ਪਰ ਨਹੀਂ ਸੀ ਇਹ ਉਮੀਦ ਕੀਤੀ ਜਾਂਦੀ ਕਿ ਜੇ ਸੁਮਰੇ ਉਹਨਾਂ ਨੂੰ ਬਹਿ ਕੇ ਆਪਣੇ ਪੁੱਤ ਦੀ ਕਮਾਈ ਦੇ ਆਸਰੇ ਉਹਨਾਂ ਦੀ ਜ਼ਿੰਦਗੀ ਨਿਕਲਣੀ ਸੀ ਉਸ ਉਮਰੇ ਤਾਂ ਉਹ ਮਾਪਿਆਂ ਦੇ ਉੱਪਰ ਹੀ ਇਸ ਤਰੀਕੇ ਕੈਰਟ ਆ ਰਿਹਾ ਹੈ ਕਿ ਜਿਸ ਨੂੰ ਮਾਂ ਰੋ ਰੋ ਕੇ ਵਿਅਥਿਆ ਬਣ ਕਰਦੀ ਆ ਕੀ ਕਹਿੰਦੇ ਨੇ ਮਾਪੇ ਆਉ ਉਹਨਾਂ ਦੇ ਮੂੰਹੋਂ ਸੁਣ ਲੈਣੇ ਆ ਬਹੁਤ ਬੜੀ ਮੁਸ਼ਕਲ ਹੋ ਗਈ ਬੱਚੇ ਜਵਾਬ ਦੇ ਖੜੇ ਸਾਰੇ ਦੋਵੇਂ ਇੱਕ ਪਹਿਲੋ ਨਿਕਲ ਗਿਆ ਇੱਕ ਹੁਣ ਪਤਾ ਨਹੀਂ ਲੱਗਦਾ ਕਿੱਧਰ ਜਾਂਦਾ ਕਿੱਧਰ ਆਉਂਦਾ ਇਹ ਕੀ ਕਰਾਂ ਆਪਣੀ ਨਿਗਾ ਵੀ ਘਟ ਗਈ ਆ ਉਹਦਾ ਛੱਡ ਲੱਗ ਗਈ ਤਿੰਨ ਚਾਰ ਮਹੀਨੇ ਹੋ ਗਏ ਆ ਇਹ ਕੋਈ ਜੋ ਕੋਈ ਕਹਿੰਦਾ ਜੀ ਕਰਦਾ ਕੋਈ ਦੇ ਦਿੰਦਾ ਕੋਈ ਨਹੀਂ ਦਿੰਦਾ ਫਿਰਾਂ ਬੈਠਿਆ ਨਾ ਕਿਤੇ ਜਾਇਆ ਜਾਂਦਾ ਨਾ ਗੱਲ ਜਾ ਨਹੀਂ ਜਾਂਦਾ ਕਿਤੇ ਤੁਰਿਆ ਨਹੀਂ ਜਾਂਦਾ ਪੈਰ ਤੋਂ ਹੁਣ ਦੁਕਾਨਾਂ ਤੇ ਕਿੰਨੀ ਕਿੰਨੀ ਦੂਰ ਹੈ ਇੱਥੇ ਮਕਾਨਾ ਦੂਰ ਆ ਤੇ ਉੱਥੇ ਅਪੜਿਆ ਨਹੀਂ ਜਾਂਦਾ ਲੋਏ ਲੋ ਜੇ ਕੋਈ ਲਾਵੇ ਤੇ ਲਾਵੇ ਪਤਾ ਲੱਗਣ ਤੁਸੀਂ ਪਾ ਗੀ ਕਿਉਂਕਿ ਘਰ ਰੋਜ਼ ਲਿਆਣਾ ਤੇ ਰੋਜ਼ ਹੀ ਪਕਾਣਾ ਹਾਂ ਕਿਹਬਲੇ ਨੇ ਰੇਸੂਰੇ ਮਾਰਸ਼ਮਾਰ ਬੰਦਾ ਜੇ ਫਿਰ ਕਿਦਾਂ ਹੋ ਜਾਂਦਾ ਫਿਰ ਬੜੀ ਮੁਸ਼ਕਲ ਹੋ ਜਾਂਦੀ ਹੈ ਸਰਸ ਕਰ ਲੈ ਤੇ ਲੈ ਜਾਂਦਾ ਹੋਰ ਸਰਸ ਕਰ ਲੈ ਤੇ ਕੋਈ ਲੈ ਜਾਂਦਾ ਮੋਟਰਸਾਈਕਲ ਤੇ ਬਹਾਰ ਕੇ ਬਨੇ ਜੇ ਉਹਦਾ ਵੀ ਵੈਰ ਇਹਦਾ ਕੀ ਕਰਨਾ ਕੇ ਨੂੰ ਕੀ ਕਹਿੰਦੇ ਪੈਨਸ਼ਨ ਲੱਗੀ ਤੁਹਾਡੀ ਆ ਪੈਨਸ਼ਨ ਲੱਗੀ ਆ ਮਾਤਾ ਦੀ ਵੀ ਲੱਗੀ ਨਾਲ ਆਉਦੀ ਵੀ ਲੱਗੀ ਆ 700 700 ਮੈਨੂੰ ਮਿਲਦਾ 700 ਉਹਨੂੰ ਮਿਲਦਾ ਵੇ ਬੁੱਤ ਕਹਿੰਦੇ ਉਹ ਖੁੰਦਾ ਪਾ ਪੈਨਸ਼ਨ ਉਹ ਆ ਨਾ ਰਹੀਏ ਤੇ ਲੜਦਾ ਗਾਲਾਂ ਕੱਢਦਾ ਕੋਈ 150 ਦੇ ਰਿਏ ਤੇ ਫੇਰ ਲੈ ਕੇ ਨਿਕਲ ਜਾਣਾ ਘਰ ਦਾ ਕੋ ਬਰਾਉਣਾ ਨਹੀਂ ਲੈਣਾ ਨਹੀਂ ਦੇਣਾ ਨਹੀਂ ਆਪ ਵੀ ਪਤਾ ਨਹੀਂ ਝੋਨਾ ਲਾਉਂਦਾ ਰਿਹਾ ਕਿ ਨਹੀਂ ਲਾਉਂਦਾ ਰਿਹਾ ਸਰਫਰ ਦੇਣੀ ਲਾਂਬੇ ਲੈਣਾ ਪਰ ਰਾਰ ਨੂੰ ਆਉਣਾ ਤੇ ਫੇਰ ਤੜਕੇ ਫੇਰ ਨਿਕਲ ਜਾਣਾ ਬੜੇ ਮਾਰੇ ਪੁੱਤ ਹਾਲਤ ਆ ਸ਼ਰਾਬ ਪਾਣੀ ਪੀਂਦਾ ਤੇ ਮਾਰਦਾ ਕੁੜਦਾ ਬੱਚਿਆਂ ਨੂੰ ਵੀ ਸਾਨੂੰ ਇੰਜ ਹੀ ਬੱਚਿਆਂ ਨੂੰ ਛਡਾਉਨੇ ਆ ਬੜੇ ਔਖੇ ਮਿਹਨਤ ਕਰ ਕਰ ਬੱਚੇ ਉਦੋਂ ਵੀ ਹਾਂ ਪਾਲੇ ਆ ਤੇ ਹੁਣ ਜਾਣੇ ਚੰਬੜ ਜਾਂਦੇ ਸਾਨੂੰ ਜਦੋਂ ਮਾਰਦਾ ਫਿਰ ਹਾਨਾ ਵੀ ਮਾਰਦਾ ਨਾਲ ਸਾਨੂੰ ਮਾਰਦਾ ਤੇ ਜਾਣੇ ਸਾਨੂੰ ਚੰਬੜ ਜਾਂਦੇ ਮਮੀ ਚੁੱਪ ਕਰੋ ਦਾਦੀ ਮਾਂ ਚੁੱਪ ਕਰ ਅਸੀਂ ਦੰਦੇ ਚੁੱਪ ਕਰ ਜਾਂਦੇ ਆ ਅਰੇ ਪੁੱਤ ਮਾਰੀਆਂ ਹਾਲ ਤਾਂ ਸਾਡੇ ਕਰਦੀਆਂ ਅਸੀਂ ਸੋਚਿਆ ਨਹੀਂ ਕਦੀ ਹਾਂ ਇਹ ਤੋਂ ਟਿਕਾ ਰੱਬ ਚਾਹੂਗਾ ਪਰ ਬੜੇ ਦੁਖੀ ਹੋ ਗਏ ਹੀ ਹਾਏ ਮਤਲਬ ਜਿੱਦਾਂ ਹੁਣ ਦੁਕਾਨਾਂ ਤੋਂ ਕੋਨੇ ਇੱਥੇ ਦੂਰ ਆ ਇੱਥੇ ਹਾਂਜੀ ਫਿਰ ਕਿਸ ਤਰ੍ਹਾਂ ਤੁਸੀਂ ਉਹ ਸਾਰਾ ਸਮਾਨ ਸਮੂਨ ਬਾਜ਼ਾਰੋਂ ਜਿਹੜਾ ਲਿਆਣਾ ਹੁੰਦਾ ਕਿੱਦਾਂ ਲਿਆਉਂਦੇ ਬੇਟੇ ਕਿਤੇ ਲੈ ਇਦਾ ਲੋਏ ਲੋਏ ਜਿਹੜਾ ਨਾ ਹੋਵੇ ਤੇ ਉਹਦਾ ਰਹੀਦਾ ਅਸੀਂ ਰਾਤ ਨੇਰੇ ਨਹੀਂ ਜਾ ਸਕਦੇ ਦੂਰ ਆ ਨਾ ਤੁਰਿਆ ਹੀ ਜਾਂਦਾ ਇੰਨੀ ਦੂਰ ਨੇਰੇ ਜਾਂਦੇ ਨਹੀਂ ਅਹੀਂ ਲਾਕਾ ਹੋਰ ਸਾਹਬ ਦਾ ਸੱਪ ਸੁਪ ਨਿਕਲਦੇ ਨੇਰੇ ਅਹੀਂ ਨਿਕਲਦੇ ਨਹੀਂ ਘਰ ਉਹਦੀ ਵਦੂ ਵਜ ਗਾ ਲਈਦਾ ਕੜੀ ਮੋਹਬਤੀ ਜੀ ਗਾ ਲਈਦੀ ਆ ਜੇ ਆਜੇ ਘਰ ਤੇ ਬੱਤਾਰ ਲਾ ਲਿੰਦਾ ਕਿਤੇ ਨਾ ਵਿੱਚ ਨਹੀਂ ਕੋਈ ਰਾਸ਼ਨ ਕਾਰਡ ਬਣਿਆ ਤਾਂ ਕਿੰਨਾ ਚੋ 6 ਮਹੀਨੇ ਬਾਅਦ ਕਿਤੇ ਕਾਣਕ ਮਿਲਦੀ ਜੋ ਬਣਿਆ ਉਹਦਾ ਰਾਸ਼ਨ ਹਾਂਜੀ ਰਾਸ਼ਨ ਕਾਰਡ ਬਣਿਆ ਵੋਟ ਬਣਿਆ ਕੋਈ ਨਹੀਂ ਹਾਨੂੰ ਸੂਲ ਤਾਂ ਦੇਣ ਦਾ ਸਰਪੰਚ ਤੇ ਕੋਈ ਨਹੀਂ ਸੋਚਦਾ ਸਾਡਾ ਮਾਰੇ ਬੰਦਿਆਂ ਦਾ ਨਹੀਂ ਕੋ ਸੋਚਦਾ ਮਾਰੇ ਦਾ ਤੇ ਬਾਬਾ ਹੀ ਨਾਨਕੀ ਕੱਲੂਗਾ ਬੰਦਾ ਉਹ ਸੋਚੂਗਾ ਬਾਬੇ ਨਾਨਕ ਨੇ ਰੱਬ ਦਾ ਪਿਆਰਾ ਕੋਈ ਉੱਠੂਗਾ ਤੇ ਉਹ ਹੀ ਸੋਚੂਗਾ ਸਾਡੇ ਕਮਰੇ ਤੇ ਮਾੜੀ ਮੋਟੀ ਸਾਡੀ ਛੱਤ ਪੈ ਜੇ ਸਾਡਾ ਸਿਰ ਟੱਕਿਆ ਜਾਵੇ ਜਿੱਥੇ ਬੱਚੇ ਵੀ ਲੈ ਕੇ ਅਸੀਂ ਬਹਿ ਜਾਈਏ ਔਰ ਮਾੜਾ ਜਿਹਾ ਟੀਨਾ ਵਾਲਾ ਕਮਰਾ ਜੋ ਤੇ ਉੱਥੇ ਜਵੜਨੇ ਅਸੀਂ ਮੀ ਆਉਂਦਾ ਟੱਕੇ ਮਾਰਦੇ ਨੇ ਕਿ ਸ਼ਾਂਜੀ ਮਾੜੀ ਜੀ ਉਰ ਚ ਵੜ ਕੇ ਬਹਿ ਜਾਈਦਾ ਫਿਰ ਬੱਚੇ ਲੈ ਕੇ ਬੱਚੇ ਵੀ ਸਾਡੇ ਕੋ ਆ ਜਾਂਦੇ ਡਰਦੇ ਮੈਂ ਬੂ ਰਹੀ ਤਾਂ ਬੜੀ ਮਾੜੀ ਹਾਲਤ ਹੈ ਪੁੱਤ ਦੂਜੇ ਪਾਸੇ ਘਰ ਦੇ ਵਿੱਚ ਉਸੇ ਹੀ ਨਸ਼ਈ ਦੀ ਇੱਕ ਬੇਟੀ ਵੀ ਹੈ ਕਹਿਣ ਨੂੰ ਤਾਂ ਬਹੁਤ ਕੁਝ ਕਿਹਾ ਜਾ ਸਕਦਾ ਆ ਪਰ ਬੱਚੇ ਅੱਜ ਕੱਲ੍ਹ ਇਸ ਮਾਮਲੇ ਵਿੱਚ ਜ਼ਿਆਦਾ ਸੰਜੀਦਾ ਆ ਇਸ ਧੀ ਨੂੰ ਵੀ ਪਤਾ ਆ ਕਿ ਮੇਰਾ ਬਾਪ ਨਸ਼ਈ ਆ ਪਰ ਦਾਦੇ ਦਾਦੀ ਦਾ ਜ਼ਿਆਦਾ ਮੋਹ ਆ ਕਈ ਵਾਰੀ ਤਾਂ ਉਹ ਇਹਨਾਂ ਨੂੰ ਵੀ ਕੁੱਟਣ ਲੱਗ ਪੈਂਦਾ ਹੈ ਤੇ ਫਿਰ ਬੱਚਿਆਂ ਦਾ ਆਸਰਾ ਦਾਦੇ ਦਾਦੀ ਦੀ ਝੋਲੀ ਤੋਂ ਸਿਵਾ ਕੁਝ ਵੀ ਨਹੀਂ ਹੁੰਦਾ ਤੇ ਬੱਚੀ ਵੀ ਫੇਰਾ ਕੇ ਆਪਣੇ ਦਾਦੇ-ਦਾਦੀ ਦੇ ਕੋਲੇ ਜਿੱਥੇ ਇੱਕ ਤਰੀਕੇ ਹਿਫਾਜ਼ਤ ਕਰਦੀ ਹੈ ਉੱਥੇ ਜੇ ਕਤੇ ਪਿਓ ਬੱਚਿਆਂ ਦੇ ਮਗਰ ਪਾਇਆ ਜਾਂਦਾ ਹੈ ਤਾਂ ਬੱਚੀ ਆ ਕੇ ਇੱਕ ਆਸਰਾ ਵੀ ਦਾਦੇ-ਦਾਦੀ ਦਾ ਭਾਲਦੀ ਆ ਬੱਚੀ ਕੀ ਕਹਿੰਦੀ ਆ ਆਉ ਉਹਦੇ ਕੋਲ ਵੀ ਸੁਣਦੇ ਆ ਡੈਡੀ ਸਟ੍ਰੈਪ ਫਿੰਦੇ ਜੇ ਤਾਂ ਮਾਰ ਦੇ ਕੱਟ ਜੇ ਦੇ ਕਿਹਨੂੰ ਕਿਹਨੂੰ ਮਾਰਦੇ ਸਾਰੇ ਪਰਿਵਾਰ ਨੂੰ ਕਿਹਨੂੰ ਕਿਹਨੂੰ ਸਾਰੇ ਪਰਿਵਾਰ ਚ ਕੌਣ-ਕੌਣ ਮੰਮੀ ਦਾ ਦਾਦੀ ਜੀ ਪੈਨ ਪਰਾ ਅੱਜ ਕਿਥੇ ਗਿਆ ਡੈਡੀ ਦਾਦੀ ਮੇਰਾ ਮੰਮੀ ਨਾਨਕੇ ਗਏ ਹੀ ਇਹ ਤੇ ਡੈਡੀ ਵੀ ਚਰਚਾ ਤੇ ਚਲ ਗਿਆ ਤੂੰ ਅੱਜ ਫਿਰ ਕਿਉਂ ਇੱਥੇ ਤੂੰ ਕਿਉਂ ਨਹੀਂ ਗਈ ਮੰਮੀ ਮੈਂ ਮੰਮੀ ਨਾ ਨੰਪੇ ਚਾਨਕੇ ਡੈਡੀ ਮੈਨੇ ਮਾਰਨਾ ਹੈ ਇਸ ਕਰਕੇ ਨਹੀਂ ਮੈਂ ਗਈ ਕਿੰਨੂੰ ਮਾਰਨਾ ਚ ਦਾਦੀ ਦਾਦੀ ਨੇ ਦਾਦੀ ਨੂੰ ਬੁਜਾਉਣ ਵਾਸਤੇ ਹਾਂ ਜੀ ਤੇ ਜੇ ਤੈਨੂੰ ਮਾਰਦਾ ਤੇ ਮੈਂ ਦਾਦੀ ਮਮਾ ਲਾ ਕੇ ਚਲ ਜਾਨੀ ਨਹੀਂ ਉਹ ਨਹੀਂ ਆ ਤੇ ਹੁਣ ਦੂਜਾ ਦਾਦੀ ਮਮਾ ਨੂੰ ਬਚਾਉਣ ਵਾਸਤੇ ਘਰ ਰੁਕੀ ਆ ਤੇ ਜੇ ਤੈਨੂੰ ਵੀ ਮਾਰੇ ਆਣ ਕੇ ਤੇ ਸਿਰ ਕੀ ਕਰਨੀ ਲਾਗੂ ਵੀ ਆਂਦਾ ਮਦਦ ਵਾਸਤੇ ਤੈਨੂੰ ਬਚਾਉਣ ਵਾਸਤੇ ਨਹੀਂ ਫਿਰ ਤੂੰ ਹੀ ਤੂੰ ਹੀ ਨਹੀਂ ਕੋਈ ਕਹਿੰਦੇ ਡੈਡੀ ਨੂੰ ਜੋ ਮਾਰਦੇ ਨਹੀਂ ਐ ਪੈਨਿਕਸ ਵੀ ਕਰਨੇ ਘੁੱਟ ਖਾਈ ਜਾਂਦੇ ਕੁੱਟ ਖਾਈ ਜਾਂਦੇ ਹਾਂਜੀ ਘਰ ਦੇ ਵਿੱਚ ਜਦੋਂ ਰਾਸ਼ਨ ਮੁੱਕ ਜਾਂਦਾ ਫਿਕਰ ਬਣ ਜਾਂਦਾ ਕਿ ਇਸ ਉਮਰੇ ਆਖਰ ਕਮਾਈ ਕਰਕੇ ਲਿਓਣ ਵੀ ਤਾਂ ਕਿੱਥੋਂ ਲਿਓਣ 1500 ਪੈਨਸ਼ਨ ਜਿਹੜੀ ਮਿਲਦੀ ਆ ਡਰਦੇ ਇਸ ਕਰਕੇ ਪੁੱਤ ਨੂੰ ਸੌਂਪ ਦਿੰਦੇ ਆ ਕਿ ਲੈ ਜਾਵੇ ਮਤੇ ਇਸ ਉਮਰੇ ਹੱਡ ਗੋਡੇ ਨਾਲ ਘਟਾਉਣੇ ਪੈਣ ਇਸ ਕਰਕੇ ਹੀ ਮਜਬੂਰੀ ਵਸ ਘਰ ਦੇ ਕੱਚੇ ਕੋਠੇ ਦੇ ਵਿੱਚ ਬਿਨਾ ਬਿਜਲੀ ਤੋਂ ਗੁਜ਼ਾਰਾ ਕਰਦੇ ਆ ਬਿਨਾ ਪੱਖੇ ਤੋਂ ਗੁਜ਼ਾਰਾ ਕਰਦੇ ਆ ਉਤੋਂ ਇਹੋ ਜੀ ਗਰਮੀ ਦੋਨਾਂ ਬਜ਼ੁਰਗਾਂ ਦੀ ਗੁਹਾਰ ਹੈ ਕਿ ਕਾਸ਼ ਕੋਈ ਤਾਂ ਬੌੜੇ ਉਹਨਾਂ ਦੀ ਮਦਦ ਕਰੇ ਸੋ ਇਸ ਮਦਦ ਲਈ ਉਹਨਾਂ ਨੇ ਵੀ ਅਪੀਲ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਦੀ ਸਾਰ ਲਈ ਜਾਵੇ ਤੇ ਇਸ ਨਸ਼ਈ ਪੁੱਤ ਤੋਂ ਵੀ ਖਿਹੜਾ ਛੁਡਾਇਆ ਜਾਵੇ ਜਿਸ ਤੋਂ ਉਹਨਾਂ ਨੂੰ ਆਪਣੀ ਜ਼ਿੰਦਗੀ ਬਚਾਉਣ ਦਾ ਵੀ ਹਰ ਵੇਲੇ ਫਿਕਰ ਲੱਗਾ ਰਹਿੰਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਬਜ਼ੁਰਗ ਜੋੜੇ ਦੀ ਦਾਸਤਾਨ ਸੁਣ ਕੇ ਕੌਣ ਅੱਗੇ ਆਉਂਦਾ ਹੈ ਕੌਣ ਸਾਰ ਲੈਂਦਾ ਹੈ ਕੌਣ ਬਾਹ ਫੜਦਾ ਹੈ ਗੁਰਦਾਸਪੁਰ ਤੋਂ ਨਿਤਨ ਲੂਥਰਾ ਦੀ ਰਿਪੋਰਟ